ਦੋਸਤੋ ਇਹ ਇਤਿਹਾਸਿਕ ਖੰਭਾ ਜਿਹੜਾ ਆਪਾਂ ਦੇਖ ਰਹੇ ਹੈਗੇ ਹਾਂ, ਇਹ 1930 'ਚ ਜਦੋਂ ਪਹਿਲੀ ਵਾਰ ਹਰਿਮੰਦਰ ਸਾਹਿਬ ਬਿਜਲੀ ਆਈ ਨਾ, ਲਾਈਟ ਆਈ, ਤਾਂ ਉਦੋਂ ਇਹ ਖੰਭੇ ਲਗਾਏ ਗਏ ਸੀ। ਜਦੋਂ ਇਹ ਲਗਾਏ ਗਏ ਇਹਨਾਂ ਦੀ ਗਿਣਤੀ 8 ਸੀ, ਅਤੇ ਹੁਣ ਇਹ 4 ਹੀ ਰਹਿ ਗਏ ਆ। 4 ਨੁੱਕਰਾਂ 'ਤੇ ਖੰਭੇ ਲੱਗੇ ਆ, ਉਹ ਵੀ ਨਿਸ਼ਾਨੀ ਵਜੋਂ ਇਹ ਰੱਖੇ ਗਏ ਹੈਗੇ ਆ। ਸਵਾਗਤ ਆ ਦੋਸਤੋ ਨਵੀਂ ਵੀਡੀਓ 'ਚ। ਆਪਾਂ ਆਏ ਸੀਗੇ ਗੋਲਡਨ ਟੈਂਪਲ ਹਰਿਮੰਦਰ ਸਾਹਿਬ। ਉੱਥੇ ਕੁਛ ਨਾ ਅਣਦੇਖੀਆਂ ਥਾਵਾਂ ਆਪਾਂ ਦੇਖਣੀਆਂ ਅੱਜ ਹਰਿਮੰਦਰ ਸਾਹਿਬ 'ਚ, ਆਪਾਂ ਤੁਹਾਨੂੰ ਦਿਖਾਉਂਦੇ ਹਾਂ। ਪਹਿਲਾਂ ਤੁਸੀਂ ਦਰਸ਼ਨ ਕਰ ਲਓ। ਦੇਖੋ ਅੱਜ ਕਿੰਨੀ ਸੰਗਤ ਆ, ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਆ ਨਾ। ਜੂਨ ਦਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਬਹੁਤ ਭੀੜ ਹੁੰਦੀ ਆ। ਦੋਸਤੋ ਇੱਕ ਆਹ ਦੂਸਰੀ ਸਾਈਡ ਖੰਭਾ ਲੱਗਿਆ ਹੈਗਾ, ਚਾਰੋਂ ਸਾਈਡ 'ਤੇ ਇਹ ਖੰਭੇ ਲੱਗੇ ਆ, ਨਿਸ਼ਾਨੀ ਵਜੋਂ ਰੱਖੇ ਗਏ ਆ, ਕਿਉਂਕਿ ਪਹਿਲੀ ਵਾਰ ਜਦੋਂ ਬਿਜਲੀ ਆਈ ਸੀਗੀ ਤਾਂ ਉਦੋਂ ਇਹਨਾਂ ਖੰਭਿਆਂ ਦੇ ਨਾਲ ਲਾਈਟ ਜਗਦੀ ਸੀਗੀ। ਦੋਸਤੋ ਇਹ ਹੈਗਾ ਅਕਾਲ ਤਖ਼ਤ ਦਾ ਮੇਨ ਗੇਟ। ਇੱਥੇ ਜਦੋਂ 1984 'ਚ ਬਲਿਊ ਸਟਾਰ ਆਪਰੇਸ਼ਨ ਹੋਇਆ, ਜਿਹਨੂੰ ਸਾਕਾ ਨੀਲਾ ਤਾਰਾ ਜਾਂ ਧਰਮ ਯੁੱਧ ਮੋਰਚਾ ਕਿਹਾ ਜਾਂਦਾ, ਉਸ ਟਾਈਮ ਸਰਕਾਰ ਨੇ ਜਿਹੜੀ ਹਮਲਾ ਕੀਤਾ ਸੀਗਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 'ਤੇ, ਤਾਂ ਉਦੋਂ ਆਹ ਦੇਖੋ ਗੋਲੀਆਂ ਦੇ ਨਿਸ਼ਾਨ ਪੂਰੀ ਬਿਲਡਿੰਗ 'ਚ, ਇਹ ਮੇਨ ਗੇਟ 'ਤੇ ਜਿਹੜੇ ਆ ਨਿਸ਼ਾਨ ਅੱਜ ਵੀ ਮੌਜੂਦ ਆ। ਆਹ ਦੇਖੋ ਫਰੰਟ 'ਤੇ ਪੂਰੇ ਗੇਟ 'ਤੇ ਕਿੱਡੀਆਂ ਕਿੰਨੀਆਂ ਗੋਲੀਆਂ ਗੋਲਿਆਂ ਦੇ ਨਿਸ਼ਾਨ, ਜਿਹੜਾ ਸਾਨੂੰ ਅੱਜ ਵੀ ਯਾਦ ਕਰਾਉਂਦਾ 1984 ਜਦੋਂ ਸਰਕਾਰ ਨੇ ਹਮਲਾ ਕੀਤਾ ਸੀਗਾ ਦਰਬਾਰ ਸਾਹਿਬ 'ਤੇ। ਆਹ ਦੇਖੋ ਗੇਟ ਦੇ ਖੱਬੇ ਸੱਜੇ ਪੂਰੇ ਗੋਲੀਆਂ ਦੇ ਨਿਸ਼ਾਨ। ਆਹ ਦੇਖੋ ਇਹ ਅਕਾਲ ਤਖ਼ਤ ਦਾ ਗੇਟ ਹੈਗਾ। ਸੰਗਤ ਆਉਂਦੀ ਆ, ਦੇਖ ਕੇ ਜਾਂਦੀ ਆ, ਕਿਉਂਕਿ ਨਿਸ਼ਾਨੀਆਂ ਇਹੋ ਜਿਹੀਆਂ ਕਦੇ ਭੁੱਲਣੀਆਂ ਨਹੀਂ ਚਾਹੀਦੀਆਂ। ਇਹ ਅਜਿਹਾ ਕਾਲਾ ਦਿਨ ਸੀਗਾ ਜਿਹਨੂੰ ਅੱਜ ਵੀ ਅਸੀਂ ਕਿੰਨੇ ਸਾਲਾਂ ਬਾਅਦ ਵੀ ਆਪਾਂ ਯਾਦ ਕਰਦੇ ਹਾਂ। ਦੋਸਤੋ ਹੁਣ ਉਹ ਸਾਹਮਣੇ ਬੁੰਗੇ ਦੇਖ ਰਹੇ ਆ ਨਾ ਜਿਹੜੇ, ਉਹਦੇ ਵਿੱਚ ਆਪਾਂ ਜਾਣਾ ਹੈ, ਉਹ ਸਾਹਮਣੇ ਆਹ ਵਾਲੇ ਇਹਨਾਂ 'ਚ ਰਾਮਗੜੀਆ ਬੁੰਗਾ, ਉਹ ਆਪਾਂ ਦੇਖਾਂਗੇ ਅੰਦਰੋਂ। ਦੋਸਤੋ ਆਹ ਬੁੰਗੇ 'ਤੇ ਵੀ ਲਿਖਿਆ ਹੈਗਾ, ਉਹ ਦੇਖੋ ਬੁੰਗਾ ਰਾਮਗੜੀਆ।
ਇੱਧਰ ਦੋਸਤੋ ਸਾਹਮਣੇ ਹੈਗਾ ਲੰਗਰ ਹਾਲ, ਅਤੇ ਲੰਗਰ ਹਾਲ ਦੇ ਨਾਲ ਹੀ ਆ ਦੇਖੋ ਬੁੰਗਾ ਰਾਮਗੜੀ ਆ। ਹੁਣ ਇਹਨੂੰ ਦੇਖਾਂਗੇ ਆਪਾਂ, ਦੇਖਦੇ ਹਾਂ। ਕਿਉਂਕਿ ਆਪਾਂ ਹਰਿਮੰਦਰ ਸਾਹਿਬ ਆਉਂਦੇ ਹਾਂ, ਆਪਾਂ ਮੱਥਾ ਟੇਕ ਕੇ ਬਾਹਰੋਂ ਬਾਹਰ ਮੁੜ ਜਾਂਦੇ, ਆਪਾਂ ਕਦੀ ਇਹ ਨਿਸ਼ਾਨੀਆਂ ਨਹੀਂ ਦੇਖੀਆਂ। ਬਹੁਤ ਸਾਰੀ ਸੰਗਤ ਆਉਂਦੀ ਆ ਜਿਹਨੇ ਨਹੀਂ ਦੇਖੀਆਂ ਹੋਊਗੀਆਂ, ਇਸ ਕਰਕੇ ਆਪਾਂ ਅੱਜ ਇਹਨੂੰ ਦਿਖਾ ਰਹੇ ਹਾਂ। ਚਲੋ ਆਪਾਂ ਦੇਖਦੇ ਹਾਂ। ਜਦੋਂ ਆਪਾਂ ਫਰੰਟ 'ਤੇ ਆ ਗਏ ਤਾਂ ਫਰੰਟ 'ਤੇ ਇੱਕ ਖੂਹ ਲੱਗਿਆ ਹੈਗਾ ਦੇਖੋ, ਜਿੱਥੇ ਸਟੀਲ ਦੀ ਲੱਗੀ ਹੈਗੀ ਨਾ, ਆ ਬਲਗਣ ਹੋਈ ਵੀ ਆ। ਇਹ ਬੁੰਗਾ ਰਾਮਗੜੀਆ ਦੇ ਵਿੱਚ ਖੂਹ ਸੀਗਾ ਬਹੁਤ ਵੱਡਾ ਪੁਰਾਣਾ, ਉਸ ਟਾਈਮ ਇਹਨੂੰ ਕਵਰ ਕੀਤਾ। ਅੰਦਰ ਜਾ ਕੇ ਦੇਖਦੇ ਹਾਂ। ਰਾਮਗੜੀਆ ਬੁੰਗੇ ਦੇ ਵਿੱਚ ਦੋਸਤੋ ਇੱਕ ਆਹ ਇਤਿਹਾਸਿਕ ਸਿੱਲ ਲੱਗੀ ਆ, ਆ ਦੇਖੋ ਆ ਇੱਕ ਸਿੱਲ ਲੱਗੀ ਆ, ਪੱਥਰ ਲੱਗਿਆ ਹੈਗਾ। ਇਹ ਪੱਥਰ ਦਿੱਲੀ ਦੇ ਲਾਲ ਕਿਲ੍ਹੇ ਤੋਂ ਪੱਟ ਕੇ ਲਿਆਂਦਾ ਸਿੰਘਾਂ ਨੇ, ਜਦੋਂ 1783 'ਚ ਜੱਸਾ ਸਿੰਘ ਰਾਮਗੜੀਆ ਅਤੇ ਹੋਰਨਾਂ ਸਿੱਖਾਂ ਨੇ ਰਲ ਕੇ ਜਦੋਂ 1783 'ਚ ਦਿੱਲੀ 'ਤੇ ਹਮਲਾ ਕੀਤਾ, ਦਿੱਲੀ ਨੂੰ ਜਿੱਤਿਆ, ਤਾਂ ਉੱਥੋਂ ਉਹਨਾਂ ਨੇ ਲਾਲ ਕਿਲ੍ਹੇ ਤੋਂ ਇਹ ਸਿੱਲ ਪੱਟ ਕੇ ਲਿਆ ਕੇ ਘੋੜਿਆਂ ਹਾਥੀਆਂ ਨਾਲ ਬੰਨ੍ਹ ਕੇ ਅਤੇ ਹਰਿਮੰਦਰ ਸਾਹਿਬ ਲਿਆ ਕੇ ਇੱਥੇ ਫਿੱਟ ਕਰੀ। ਕਿਉਂਕਿ ਇਹ ਸਿੱਲ 'ਤੇ ਬੈਠ ਕੇ, ਤਖ਼ਤੇ ਤਾਊਜ਼ ਇਹਨੂੰ ਕਿਹਾ ਜਾਂਦਾ ਸੀਗਾ, ਇਸ ਸਿੱਲ 'ਤੇ ਬੈਠ ਕੇ ਜਿੰਨੇ ਵੀ ਮੁਗਲ ਬਾਦਸ਼ਾਹ ਉਹਨਾਂ ਦੀ ਤਾਜਪੋਸ਼ੀ ਕੀਤੀ ਜਾਂਦੀ ਸੀਗੀ, ਅਤੇ ਉਹਨਾਂ ਨੂੰ ਉਹ ਜਿਹੜੇ ਮੁਗਲ ਬਾਦਸ਼ਾਹ ਜਿੰਨੇ ਵੀ ਹੁਕਮ ਸੁਣਾਉਂਦੇ ਸੀਗੇ ਸਿੱਲ 'ਤੇ ਬੈਠ ਕੇ ਸੁਣਾਉਂਦੇ ਸੀਗੇ। ਔਰੰਗਜ਼ੇਬ ਨੇ ਜਿਹੜੇ ਹਿੰਦੂਆਂ ਨੂੰ ਮੁਸਲਿਮ ਬਣਾਉਣ ਦੀ ਗੱਲ ਕਹੀ, ਹੁਕਮ ਦਿੱਤਾ, ਤਾਂ ਉਹ ਇਸ ਸਿੱਲ 'ਤੇ ਬੈਠ ਕੇ ਦਿੱਤਾ ਸੀਗਾ। ਅਤੇ ਇਸ ਕਰਕੇ ਸਿੱਖਾਂ ਨੇ ਜਦੋਂ ਉਹਦੇ 'ਤੇ ਹਮਲਾ ਕੀਤਾ ਲਾਲ ਕਿਲ੍ਹੇ 'ਤੇ, ਦਿੱਲੀ ਨੂੰ ਜਿੱਤਿਆ, ਤਾਂ ਉਹਨਾਂ ਨੇ ਸਿੱਲ ਪੱਟ ਕੇ ਜਿਹੜੀ ਆ ਘੋੜਿਆਂ ਦੇ ਨਾਲ ਬੰਨ੍ਹ ਕੇ ਉਹ ਹਰਿਮੰਦਰ ਸਾਹਿਬ ਦੇ ਅੱਗੇ ਪੇਸ਼ ਕੀਤੀ। ਤਾਂ ਇਹ ਸਿੱਲ ਆ ਦੇਖੋ ਕਿੰਨਾ ਟਾਈਮ ਹੋ ਗਿਆ ਇੱਥੇ ਫਿੱਟ ਕਰੀ ਆ। ਅਤੇ ਇਹ ਸੀਗੀ ਇਤਿਹਾਸਿਕ ਸਿੱਲ। ਹੁਣ ਆਪਾਂ ਅੱਗੇ ਦੇਖਦੇ ਹਾਂ ਬੁੰਗੇ ਦੇ ਵਿੱਚ ਨਾ, ਅੱਗੇ ਅੱਗੇ ਆ ਦੇਖੋ ਜਿੰਨਾ ਮਤਲਬ ਬੁੰਗਾ ਉੱਪਰ ਆਪਾਂ ਦੇਖਿਆ ਹੈਗਾ ਹੈ ਨਾ ਉੱਚਾ, ਓਨਾ ਹੀ ਨੀਚੇ ਆ ਇਹ। ਇਹ ਜੱਸਾ ਸਿੰਘ ਰਾਮਗੜੀਆ ਦੀ ਫੋਟੋ, ਕਿਉਂਕਿ ਜਿੰਨੀਆਂ ਵੀ ਮਿਸਲਾਂ ਸੀਗੀਆਂ ਇਹ ਰਾਮਗੜੀਆ ਮਿਸਲ ਦੇ ਬਾਨੀ ਸੀਗੇ, ਤਾਂ ਸਭ ਤੋਂ ਮਤਲਬ ਵਧੀਆ ਬੁੰਗਾ ਜਾਂ ਸਭ ਤੋਂ ਟੌਪ ਦਾ ਬੁੰਗਾ ਜਿਹੜਾ ਉਹ ਇਹਨਾਂ ਨੇ ਬਣਾਇਆ ਸੀਗਾ। ਦੋਸਤੋ ਬੁੰਗਾ ਦਾ ਆਪਾਂ ਦੇਖ ਲਿਆ, ਬਟ ਉਹਦੇ ਵਿੱਚ ਰਾਮਗੜੀਆ ਤਖ਼ਤ ਦੇਖਣਾ ਸੀਗਾ ਜੱਸਾ ਸਿੰਘ ਰਾਮਗੜੀਆ ਦਾ। ਉੱਥੇ ਕੰਮ ਚੱਲ ਰਿਹਾ ਹੈਗਾ, ਗੇਟ ਬੰਦ ਕਰਿਆ ਸੀਗਾ। ਬਾਬਾ ਜੀ ਨੂੰ ਪੁੱਛਿਆ, ਉਹ ਕਹਿੰਦੇ ਕਿ ਅਜੇ ਕੰਮ ਚੱਲ ਰਿਹਾ, ਅਜੇ ਥੋੜ੍ਹੇ ਦਿਨ ਬੰਦ ਹੀ ਰਹੂਗਾ। ਅਤੇ ਚਲੋ ਹੁਣ ਚੱਲਦੇ ਹਾਂ ਵਾਪਸ।